ਤੋ ਕਿਵੇਂ ਤੁਸੀਂ ਸਾਰੇ? ਤਾਂ ਅੱਜ ਅਸੀਂ ਚੱਲੇ ਹਾਂ ਸਵੇਰੇ ਸਵੇਰੇ ਉਹਦੇ ਪਲਾਟ 'ਚ, ਤਾਂ ਤੁਸੀਂ ਦੇਖ ਸਕਦੇ ਪਿੱਛੇ ਬੱਦਲ ਹੋਇਆ ਵਾ, ਤਾਂ ਅਸੀਂ ਤੁਰ ਕੇ ਜਾਵਾਂਗੇ ਤਾਂ ਨਾਲੇ ਸਵੇਰ ਦੀ ਸੈਰ ਵੀ ਹੋ ਜਾਊਗੀ। ਤਾਂ ਚਲੋ ਪਲਾਟ 'ਤੇ ਚੱਲਦੇ ਨੇ। ਅਸੀਂ ਹੁਣ ਰਸਤੇ 'ਚ ਪਹੁੰਚ ਚੁੱਕੇ ਹਾਂ ਅਤੇ ਉੱਪਰ ਬੱਦਲ ਵੀ ਹੋਇਆ ਵਾ, ਤਾਂ ਹੁਣ ਅਸੀਂ ਘਰ ਫੋਨ ਕਰਕੇ ਪੁੱਛਾਂਗੇ ਕਿ ਪਲਾਟ 'ਚ ਪਾਣੀ ਲਾਉਣਾ ਹੈ ਕਿ ਨਹੀਂ ਲਾਉਣਾ। ਤਾਂ ਅਸੀਂ ਉੱਥੇ ਜਾ ਕੇ ਪਤਾ ਚੱਲਦਾ ਹੈ, ਉੱਥੇ ਜਾ ਕੇ ਪੁੱਛੂਗੇ ਕਿ ਪਲਾਟ 'ਚ ਪਾਣੀ ਲਾਉਂਗੇ ਜਾਂ ਨਹੀਂ ਲਾਉਂਗੇ। ਤਾਂ ਹੋਏ ਦਾ ਅਸੀਂ ਰਸਤੇ 'ਚ ਹਾਂ, ਜੇ ਮੀਂਹ ਪੈਣ ਲੱਗ ਗਿਆ ਤਾਂ ਸਾਨੂੰ ਘਰ ਵਾਪਸ ਜਾਣਾ ਪਊਗਾ। ਤਾਂ ਹੁਣ ਦੇਖਦੇ ਹਾਂ ਕੀ ਹੋਊਗਾ। ਜਿੱਕਣਾ ਕਿ ਤੁਸੀਂ ਦੇਖ ਸਕਦੇ ਆ ਕਿ ਬੱਦਲਵਾਈ ਕਿੰਨੀ ਹੋ ਗਈ ਆ ਅਤੇ ਮੀਂਹ ਪੈਣ ਦੀ ਸਲਾਹ ਹੋ ਗਈ ਹੈ। ਅਤੇ ਦੇਖੋ ਕਿ ਉਹ ਵੀ ਚੱਲ ਰਹੀ ਹੈ, ਹਨੇਰੀ ਵੀ ਕਹਿ ਸਕਦੇ ਹਾਂ, ਮਤਲਬ ਕਿ ਥੋੜ੍ਹੀ ਬਹੁਤੀ ਹਵਾ ਚੱਲ ਰਹੀ ਹੈ ਅਤੇ ਮੀਂਹ ਦੇ ਆਉਣ ਦੇ ਚਾਂਸਿਸ ਵੀ ਹੈਗੇ ਆ ਅਤੇ ਨਹੀਂ ਵੀ ਆਉਣ ਦੇ ਚਾਂਸਿਸ ਹੈਗੇ ਆ। ਤਾਂ ਦੇਖਦੇ ਹਾਂ ਕਿ ਮੀਂਹ ਆਊਗਾ ਕਿ ਨਹੀਂ, ਤਾਂ ਪਤਾ ਚੱਲੇਗਾ ਉੱਥੇ ਜਾ ਕੇ ਪਲਾਟ 'ਚ। ਤਾਂ ਦੇਖ ਸਕਦੇ ਤੁਸੀਂ ਬੱਦਲ ਕਾਲੀ ਘਟਾ ਵਾਂਗ ਹੋਈ ਵੀ ਹੈ। ਪਲਾਟ ਵਿੱਚ ਪਹੁੰਚ ਗਏ ਹਾਂ, ਤਾਂ ਹੁਣ ਅਸੀਂ ਸਾਡੀ ਸਵੇਰ ਦੀ ਸੈਰ ਵੀ ਨਾਲ ਲੈਣ ਹੋ ਗਈ ਆ। ਤਾਂ ਹੁਣ ਅਸੀਂ ਜਿਹੜੇ ਪਾਣੀ ਲਗਾਉਂਗੇ ਤਾਂ ਹੁਣ ਅੰਦਰ ਜਾ ਕੇ ਸਾਰਾ ਪਾਣੀ ਲਗਾਉਣ ਦਾ ਸੈਟਅਪ ਕਰੋਗੇ। ਤਾਂ ਅਸੀਂ ਹੁਣ ਅੰਦਰ ਉੱਪਰ ਜਾ ਰਹੇ ਹਾਂ। ਤਾਂ ਇੱਧਰ ਸਮਾਨ ਪਿਆ ਹੁੰਦਾ ਕਮਰੇ 'ਚ, ਇੱਧਰ ਪਾਣੀ ਪੂਣੀ ਲਾਉਣ ਦਾ ਅਤੇ ਪੈਪ ਪੰਪ ਸਾਰਾ ਕੁਛ ਉਰੀ ਪਿਆ। ਤਾਂ ਪਹਿਲਾਂ ਇਹਨਾਂ ਅਸੀਂ ਸੈਟਅਪ ਕਰਾਂਗੇ, ਫਿਰ ਤੁਹਾਨੂੰ ਦਿਖਾਵਾਂਗੇ। ਤਾਂ ਜਿਹੜੀ ਤੁਸੀਂ ਆਹ ਕੰਧਾਂ ਦੇਖ ਰਹੇ ਹਾਂ ਅਤੇ ਵੀਮ ਪਏ ਵੇ ਹਾਂ, ਅਤੇ ਇਸੀ ਕੰਧਾਂ ਉੱਤੇ ਆਪਾਂ ਨੇ ਪਾਣੀ ਦੇਣਾ ਹੈ। ਤਾਂ ਇੱਕ ਵਾਰ ਤੁਹਾਨੂੰ ਮੈਂ ਦਿਖਾ ਦਿੰਦਾ ਅਤੇ ਕਿਹੜੀ ਕਿਹੜੀ ਕੰਧਾਂ ਹੈ। ਤਾਂ ਉੱਪਰ ਵਾਲੀਆਂ ਕੰਧਾਂ ਉਹਨਾਂ ਨੇ ਬਣਾਈਆਂ ਤੀ ਅਤੇ ਉਹਨਾਂ ਵਾ ਪਾਣੀ ਦੇਣਾ ਹੈ। ਤਾਂ ਇੱਧਰ ਵਾਲੀ ਕੰਧਾਂ 'ਤੇ ਵੀ ਪਾਣੀ ਦੇਣਾ ਹੈ ਜਿਹੜੀ ਉੱਪਰ ਬਣੀ ਵੀ ਹੈ, ਅਤੇ ਸਾਰੀ ਗਿੱਲੀਆਂ 'ਤੇ ਹੈ, ਕੱਲ੍ਹ ਬਣਾਈ ਤੀ ਉਹਨਾਂ ਨੇ, ਅਤੇ ਆਪਾਂ ਨੇ ਇੱਧਰ ਸਾਰੀ। ਅਤੇ ਤਾਂ ਤੁਸੀਂ ਦੇਖ ਸਕਦੇ ਹਾਂ ਕਿ ਮੈਂ ਹਜੇ ਪੰਪ ਚੱਕ ਰਿਹਾ ਹੈ ਅਤੇ ਉਸ ਤੋਂ ਬਾਅਦ ਆਪਾਂ ਪਾਣੀ ਲਗਾਉਣਾ ਸਟਾਰਟ ਕਰਾਂਗੇ। ਤਾਂ ਮੈਂ ਪੰਪ ਨੂੰ ਲੈ ਕੇ ਜਾ ਰਿਹਾ ਹਾਂ ਜਿੱਥੇ ਤੇ ਪਾਣੀ ਆਉਂਦਾ ਹੈ, ਮਤਲਬ ਕਿ ਜਿੱਥੇ ਤੇ ਫਰੈਸ਼ ਪਾਣੀ ਆਉਂਦਾ ਹੈ, ਇਹਨੂੰ ਆਪਾਂ ਉੱਥੇ ਲਗਾਵਾਂਗੇ। ਤਾਂ ਇਹ ਥੱਲੇ ਰੱਖਿਆ ਜਾਊਗਾ, ਤੁਸੀਂ ਦੇਖ ਸਕਦੇ ਵੀਡੀਓ ਦੇ ਵਿੱਚ ਮੇਰੇ ਪਿੱਛੇ ਤਾਜ਼ੇ ਫਰੈਸ਼ ਪਾਣੀ ਵਾਲੀ ਟੂੰਟੀ ਲੱਗੀ ਹੋਈ ਆ। ਤਾਂ ਮੈਂ ਉੱਥੇ ਜਾ ਰਿਹਾ ਪੰਪ ਨੂੰ ਲੈ ਕੇ। ਤਾਂ ਪੰਪ ਥੋੜ੍ਹਾ ਜਿਹਾ ਭਾਰੀ ਤਾ ਜੀ, ਅਤੇ ਪੈਪ ਕਿਤੇ ਫਸਿਆ ਵਾ ਤਾਂ ਅਤੇ ਮੈਂ ਉਹਨੂੰ ਖਿੱਚ ਰਿਹਾ ਤਾ, ਅਤੇ ਹੁਣ ਦੇਖਦੇ ਹਾਂ ਕਿ ਪੈਪ ਕਿੱਥੇ ਫਸਿਆ ਪਹਿਲਾਂ, ਅਤੇ ਪੈਪ ਨੂੰ ਪਹਿਲਾਂ ਜਾ ਕੇ ਕੱਢਦੇ ਹਾਂ। ਉੱਧਰ ਪੰਪ ਗਿਰ ਗਿਆ ਸਾਡਾ, ਤਾਂ ਪਹਿਲਾਂ ਪੈਪ ਨੂੰ ਘਿੜੀ ਸਿਲੀਏ ਥੋੜ੍ਹਾ ਜਿਹਾ ਕਿ ਪੰਪ ਥੋੜ੍ਹਾ ਜਿਹਾ ਖੜ੍ਹਾ ਹੋ ਜਾਵੇ। ਤਾਂ ਪੰਪ ਨੂੰ ਆਪਾਂ ਇੱਧਰ ਠੀਕ ਪੁਜੀਸ਼ਨ ਪਰ ਰੱਖ ਦਿੰਦੇ ਹਾਂ, ਅਤੇ ਆਪਾਂ ਜਿਹੜੇ ਦੇਖ ਵੀ ਲੈਂਦੇ ਕਿ ਪਾਣੀ ਆ ਵੀ ਰਿਹਾ ਕਿ ਨਹੀਂ। ਪਾਣੀ ਤਾਂ ਆ ਨਹੀਂ ਰਿਹਾ ਤਾਂ, ਪਰ ਪੰਪ ਲਗਾ ਕੇ ਕਿਆ ਪਤਾ ਆ ਜਾਵੇ ਪਾਣੀ ਜਾਂ ਨਾ ਆ ਜਾਵੇ, ਕੋਈ ਪਤਾ ਨਹੀਂ। ਆਪਾਂ ਪਹਿਲਾਂ ਜਾ ਕੇ ਤਾਰ ਲਗਾ ਦਿੰਦੇ ਹਾਂ, ਅਤੇ ਇੱਧਰ ਆਪਾਂ ਤਾਰ ਲੈ ਕੇ ਜਾ ਰਹੇ ਹਾਂ, ਅਤੇ ਦੇਖਦੇ ਹਾਂ। ਅਤੇ ਤਾਰ ਲਗਾਉਣ ਦੇ ਬਾਅਦ ਆਪਾਂ ਨੂੰ ਅੰਦਰ ਤਾਂ ਔਨ ਵੀ ਕਰਨਾ ਪੈਂਦਾ, ਅਤੇ ਪਹਿਲਾਂ ਮੈਂ ਤਾਰ ਲਗਾਊਂਗਾ ਫਿਰ ਅੰਦਰ ਜਾ ਕੇ ਔਨ ਕਰੂੰਗਾ। ਕਣਕ ਤੁਸੀਂ ਦੇਖ ਸਕਦੇ ਹਾਂ ਤਾਂ ਪੰਪ ਨਹੀਂ ਚੱਲਿਆ ਹੋਊਗਾ, ਪਰ ਇੱਕ ਵਾਰ ਆਪਾਂ ਚੈੱਕ ਕਰ ਲੈਂਦੇ ਜਾ ਕੇ, ਕਿਆ ਪਤਾ ਚੱਲ ਗਿਆ ਹੋਊਗਾ। ਅਤੇ ਪੰਪ ਨਹੀਂ ਚੱਲਿਆ ਤਾਂ ਅਤੇ ਆਪਾਂ ਨੂੰ ਹੁਣ ਫਿਰ ਤਾਂ ਜਾਣਾ ਪੈਣਾ ਉੱਧਰ ਹੀ, ਉੱਧਰ ਜਾ ਕੇ ਪੰਪ ਨੂੰ ਔਨ ਕਰਨਾ ਪੈਣਾ। ਉਹਨਾਂ ਦੇ ਕਮਰੇ ਦੇ ਵਿੱਚੋਂ ਆਪਾਂ ਨੂੰ ਪਲੱਗ ਲਗਾਉਣਾ ਪੈਣਾ ਪਹਿਲਾਂ। ਤਾਂ ਇੱਧਰ ਤਾਂ ਥੋੜ੍ਹੀ ਜਿਹੀ ਵਾਇਰ ਲਾ ਕੇ ਦੇਖ ਲੈਂਦੇ ਹਾਂ ਆਪਾਂ, ਅਤੇ ਚੰਗੀ ਤਰ੍ਹਾਂ ਵਾਇਰ ਲਗਾ ਦਿੰਦੇ ਹਾਂ, ਅਤੇ ਹੁਣ ਆਪਾਂ ਅੰਦਰ ਚੱਲਦੇ ਹਾਂ, ਅੰਦਰ ਜਾ ਕੇ ਦੇਖਦੇ ਹਾਂ ਕੀ ਪ੍ਰੋਬਲਮ ਹੈ। ਤਾਂ ਦੋਸਤੋ ਪ੍ਰੋਬਲਮ ਤਾਂ ਕੁਝ ਖਾਸ ਨਹੀਂ ਤੀ, ਬਸ ਸੁੱਚ ਦੇ ਜਿੱਤੇ ਤਾਰ ਨਿਕਲੀ ਵੀ ਤੀ ਤਾਂ ਆਪਾਂ ਨੇ ਉਹ ਠੀਕ ਕਰਤੀ, ਅਤੇ ਇੱਧਰ ਹੁਣ ਆਪਾਂ ਪੈਪ ਸੁਲਝਾ ਰਹੇ ਹਾਂ ਅਤੇ ਪਾਣੀ ਵੀ ਆ ਗਿਆ ਹੈ, ਤਾਂ ਕਾਫੀ ਬਲ ਪਏ ਵੇ ਹਾਂ। ਤਾਂ ਹੁਣ ਆਪਾਂ ਦੀਵਾਰਾਂ ਨੂੰ ਪਾਣੀ ਦਊਂਗੇ, ਤਾਂ ਆ ਜਾਓ ਪਾਣੀ ਦਾ ਪਾਣੀ ਦਿੰਦੇ ਹਾਂ ਆਪਾਂ ਕੰਧਾਂ ਨੂੰ। ਤਾਂ ਇੱਧਰ ਮੈਂ ਪਾਣੀ ਦੇ ਰਿਹਾ ਕੰਧਾਂ ਨੂੰ, ਤਾਂ ਦੇਖ ਸਕਦੇ ਤੁਸੀਂ ਜਿੱਕਣਾ ਕਿ, ਅਤੇ ਇਹ ਵਾਲੀ ਕੰਧ ਨੂੰ ਮੈਂ ਪਾਣੀ ਦੇ ਰਿਹਾ ਹੈ, ਤਾਂ ਦੇਖ ਸਕਦੇ ਤੁਸੀਂ। ਤਾਂ ਸਾਰੀ ਕੰਧਾਂ ਨੂੰ ਪਾਣੀ ਦੇਣਾ ਜਿਹੜੀ ਤੁਸੀਂ ਨੇ ਪਿੱਛੇ ਦੇਖੀ ਹੋਣਾ ਵੀਡੀਓ 'ਚ। ਤਾਂ ਆਪਾਂ ਪਾਣੀ ਦੇ ਰਹੇ ਹਾਂ ਕੰਧਾਂ ਨੂੰ, ਇੱਧਰ ਵਾਲੇ ਨੂੰ ਵੀ ਦੇ ਦਿੰਦੇ ਹਾਂ, ਅਤੇ ਸਾਹਮਣੇ ਵਾਲੀ ਕੰਧ ਨੂੰ ਆਪਣੇ ਪਾਣੀ ਦੇ ਦਿੱਤਾ ਵਾ। ਮੈਂ ਵੀਡੀਓ ਕੱਟ ਕਰਤੀ ਤੀ ਅਤੇ ਇੱਧਰ ਰਹਿ ਗਿਆ ਤਾਂ, ਅਤੇ ਆਪਾਂ ਇੱਧਰ ਪਾਣੀ ਦੇ ਰਹੇ ਹਾਂ।
ਦੇਖ ਸਕਦੇ ਆਪਾਂ ਨੇ ਇਹ ਐਡੀ ਬੜੀ ਕੰਧ ਹੈ ਉਹ ਉੱਥੇ ਤੱਕ ਆਪਾਂ ਨੇ ਪਾਣੀ ਦੇਣਾ ਕੰਧ ਨੂੰ ਇਹ ਜਿਹੜਾ ਤੁਸੀਂ ਵੀਮ ਦੇਖ ਰਹੇ ਸਾਈਡ 'ਤੇ ਇਹਦੇ ਵਿੱਚ ਵੀ ਆਪਾਂ ਨੇ ਪਾਣੀ ਲਗਾਉਣਾ ਹੈ ਤਾਂ ਇੱਧਰ ਵੀ ਲਗਾਉਣਾ ਹੈ ਕੰਧ 'ਤੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਅਤੇ ਆਪਾਂ ਨੀਚੇ ਨੀਚੇ ਵੀ ਲਗਾ ਦਿੰਦੇ ਹਾਂ ਪਾਣੀ ਤਾਂ ਮਿਸਤਰੀ ਅੰਕਲ ਜੀ ਨੇ ਕਿਹਾ ਤਾਂ ਕਿ ਚੰਗੀ ਤਰ੍ਹਾਂ ਪਾਣੀ ਦੇ ਦਿਓ ਤਾਂ ਚੰਗੀ ਤਰ੍ਹਾਂ ਪਾਣੀ ਦੇਣਾ ਪੈਂਦਾ ਹੈ ਇੱਧਰ ਅਤੇ ਰਸੋਈ ਵਿੱਚ ਵੀ ਲਗਾਉਣਾ ਹੈ ਪਾਣੀ ਇੱਧਰ ਦੇਖ ਸਕਦੇ ਜਿੱਕਣ ਕਿ ਤੁਸੀਂ ਰਸੋਈ ਉੱਤੇ ਵੀ ਵੀਮ ਪਿਆ ਹੋਇਆ ਰਸੋਈ ਦੇ ਖਿੜਕੀ ਦੇ ਉੱਤੇ ਵੀਮ ਪਿਆ ਹੋਇਆ ਅਤੇ ਇੱਧਰ ਇਹ ਕੰਧ ਨੂੰ ਵੀ ਦੇਣਾ ਆਪਾਂ ਨੇ ਪਾਣੀ ਅਤੇ ਲਗਭਗ ਸਾਰੀਆਂ ਹੀ ਕੰਧਾਂ ਨੂੰ ਪਾਣੀ ਦੇਣਾ ਹੈ ਆਪਾਂ ਨੇ ਮਜ਼ਬੂਤੀ ਵਾਸਤੇ ਪਾਣੀ ਦੇਣਾ ਪੈਂਦਾ ਹੈ ਤਾਂ ਆਪਾਂ ਹੁਣ ਪਾਣੀ ਦੇ ਰਹੇ ਹਾਂ ਇੱਧਰ ਦੇਖ ਸਕਦੇ ਤੁਸੀਂ ਧੁੱਪਾਂ ਬੱਦਲ ਵੀ ਦੇਖ ਸਕਦੇ ਤੁਸੀਂ ਕਿ ਕਿੰਨਾ ਆਇਆ ਵਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਮੀਂਹ ਆਊਗਾ ਤਾਂ ਆਪਾਂ ਨੂੰ ਘਰ ਜਾਣਾ ਪਊਗਾ ਤਾਂ ਉੱਕਣਾ ਹੀ ਹੋਇਆ ਤਾਂ ਬਾਰਿਸ਼ ਆ ਗਈ ਅਤੇ ਆਪਾਂ ਨੂੰ ਘਰ ਜਾਣਾ ਪਿਆ ਅਤੇ ਮੈਂ ਪੰਪ ਪੁੰਪ ਵਗੈਰਾ ਸਾਰਾ ਕੁਛ ਰੱਖਦੇ ਹੋਏ ਆਪਾਂ ਘਰ ਜਾਣਾ ਫਿਰ ਆਪਾਂ ਨੂੰ ਤਾਂ ਦੇਖ ਸਕਦੇ ਤੁਸੀਂ ਮੈਂ ਪੰਪ ਚੱਕ ਕੇ ਜਾ ਰਿਹਾ ਹੈ ਅਤੇ ਇਹਨੂੰ ਆਪਾਂ ਅੰਦਰ ਰੱਖੂੰਗੇ ਅਤੇ ਇਹਦੇ ਉੱਪਰ ਥੈਲੇ ਨਾਲ ਢੱਕ ਦੂੰਗੇ ਤਾਂ ਬਾਰਿਸ਼ ਆ ਗਈ ਤੀ ਤਾਂ ਹੁਣ ਆਪਾਂ ਇਹਨੂੰ ਅੰਦਰ ਰੱਖ ਰਹੇ ਹਾਂ ਅਤੇ ਇਹਨੂੰ ਇੱਧਰ ਰੱਖ ਕੇ ਇਹਦੇ ਉੱਪਰ ਥੈਲੇ ਰੱਖ ਦੂੰਗੇ ਕਿ ਇਹ ਭਿੱਜੇ ਨਾ ਤਾਂ ਇਹਦੇ ਉੱਪਰ ਆਪਾਂ ਥੈਲੇ ਵਗੈਰਾ ਸਭ ਕੁਛ ਰੱਖੂੰਗੇ ਤਾਂ ਭਿੱਜੂਗਾ ਨਹੀਂ ਤਾਂ ਤੁਸੀਂ ਦੇਖ ਸਕਦੇ ਹਾਂ ਆਪਾਂ ਨੇ ਇੱਕ ਹੋਰ ਥੈਲੇ ਰੱਖ ਦੇਣਾ ਅਤੇ ਇਹਦੇ ਉੱਪਰ ਆਪਾਂ ਰੱਖ ਦੇਣੇ ਇੰਟਾਂ ਤਾਂ ਮੈਂ ਇੰਟਾਂ ਰੱਖ ਦੂੰਗਾ ਕਿਉਂਕਿ ਹਵਾ ਦੇ ਕਾਰਨ ਉੜ ਨਾ ਪਾਏ ਤਾਂ ਆਪਾਂ ਇੱਕ ਹੋਰ ਇੰਟ ਰੱਖ ਦਿੰਦੇ ਸਾਈਡ 'ਤੇ ਅਤੇ ਉੱਤੇ ਚਲ ਉੱਤੇ ਤਾਂ ਗਿਰ ਦੇਣੀ ਤਾਂ ਆਪਾਂ ਨੇ ਸਭ ਕੁਛ ਕਰ ਦਿੱਤਾ ਹੈ ਅਤੇ ਹੁਣ ਆਪਾਂ ਪੈਪ ਨੂੰ ਵੀ ਅੰਦਰ ਕਰ ਦਿੰਦੇ ਹਾਂ ਤਾਂ ਇਹਨੂੰ ਵੀ ਕਰ ਦਿੱਤਾ ਆਪਾਂ ਨੇ ਅੰਦਰ ਤਾਂ ਜਿੱਕਣਾ ਕਿ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਆਪਾਂ ਨੇ ਸਾਰਾ ਸਮਾਨ ਇੱਕ ਜਗ੍ਹਾ ਰੱਖ ਦਿੱਤਾ ਅਤੇ ਹੁਣ ਆਪਾਂ ਜਾਊਂਗੇ ਘਰ ਵਿੱਚ ਨੂੰ ਮੀਂਹ ਪੈਣ ਲੱਗ ਗਿਆ ਤਾਂ ਖਾਸਾ ਅਤੇ ਤਾਂ ਕਰਕੇ ਆਪਾਂ ਨੂੰ ਰੱਖਣਾ ਪਿਆ ਅੰਦਰ ਤਾਂ ਹੁਣ ਮੈਨੂੰ ਲੱਗਦਾ ਕਿ ਮੀਂਹ ਬੰਦ ਹੋਊਗਾ ਤੁਸੀਂ ਦੇਖਿਆ ਹੀ ਹੋਣਾ ਕਿ ਮੀਂਹ ਪੈਣ ਲੱਗ ਗਿਆ ਤਾਂ ਆਪਾਂ ਨੇ ਹੁਣ ਪੂਰਾ ਪੰਪ ਵਗੈਰਾ ਸਾਰਾ ਕੁਛ ਆਪਾਂ ਨੇ ਸਮਾਨ ਅੰਦਰ ਰੱਖ ਦਿੱਤਾ ਹੈ ਅਤੇ ਹੁਣ ਅਸੀਂ ਵਾਪਿਸ ਜਾ ਰਹੇ ਹਾਂ ਘਰ ਤਾਂ ਮੀਂਹ ਪੈਣ ਕਰਕੇ ਸਾਨੂੰ ਹੁਣ ਘਰ ਜਾਣਾ ਪੈ ਰਿਹਾ ਹੈ ਤਾਂ ਹੁਣ ਮੀਂਹ ਲਿਕਣਾ ਕਿ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਘਰ ਆ ਚੁੱਕੇ ਹਾਂ ਅਤੇ ਹੁਣ ਅਸੀਂ ਆ ਕੇ ਨਹਾਵਾਂਗੇ ਧੋਵਾਂਗੇ ਉਹ ਤੋਂ ਬਾਅਦ ਸਕੂਲ ਵਾਸਤੇ ਰੈਡੀ ਹੋਵਾਂਗੇ ਅਤੇ ਮਿਲਦੇ ਹਾਂ ਤੁਹਾਨੂੰ ਵਾਪਿਸ ਸਕੂਲ ਤੋਂ ਬਾਅਦ ਉੱਤੇ ਆ ਗਿਆ ਹਾਂ ਅਤੇ ਜਦ ਮੈਂ ਸਕੂਲ 'ਤੇ ਆਉਣਾ ਹੈ ਅਤੇ ਉਸ 'ਤੇ ਆਉਂਦੇ ਹੋ ਮੈਂ ਆਪਣੀ ਡਰੈਸ ਜਿਹੜੀ ਹੁੰਦੀ ਹੈ ਉਹ ਮੈਂ ਪੇਟੀ 'ਤੇ ਉੱਤੇ ਰੱਖ ਦਿੰਦਾ ਹਾਂ ਅਤੇ ਉਸ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਕੱਪੜੇ ਪਾ ਲੈਂਦਾ ਹਾਂ ਅਤੇ ਹੁਣ ਜੋ ਕਿ ਮੈਂ ਪਹਿਲਾਂ ਆਪਣੇ ਵਾਲ ਸਵਾਰਾਂਗਾ ਕਿਉਂਕਿ ਜੋ ਮੈਂ ਪੱਗ ਬੰਨ ਕੇ ਜਾਂਦਾ ਹੈ ਅਤੇ ਉਹਦੇ ਕਰਕੇ ਵਾਲ ਥੱਲੇ ਨੂੰ ਬੈਠ ਜਾਂਦੇ ਹਾਂ ਅਤੇ ਸਭ ਤੋਂ ਪਹਿਲਾਂ ਮੈਂ ਆਪਣੇ ਵਾਲ ਸੈੱਟ ਕਰਾਂਗਾ ਅਤੇ ਉਸ ਤੋਂ ਬਾਅਦ ਕੁਛ ਖਾਵਾਂਗਾ ਪਰ ਖਾਣੇ 'ਚ ਤਾਂ ਮੇਰੇ ਬੜੇ ਵੱਡੇ ਭਰਾ ਅਤੇ ਛੋਟੇ ਭਰਾ ਉਹ ਲੈਣਗੇ ਵੀ ਸਮੋਸੇ ਤਾਂ ਮੰਮਾ ਨੇ ਕਿਹਾ ਤਾਂ ਕਿ ਸਮੋਸੇ ਲਿਆਓ ਬਾਹਰ 'ਤੇ ਤਾਂ ਆਪਾਂ ਚਾਹ ਨਾਲ ਉਹ ਖਾਣੂਗੇ ਤਾਂ ਉਹ ਲੈਣ ਗਏ ਵੇ ਆ ਜਦ ਤੱਕ ਉਹ ਆਉਂਦੇ ਹਾਂ ਤਾਂ ਆਪਾਂ ਆਪਣੇ ਵਾਲ ਵੂਲ ਸੈੱਟ ਕਰਦੇ ਹਾਂ ਚਲੋ ਵਾਲ ਸੈੱਟ ਕਰਦੇ ਹਾਂ ਆਪਾਂ ਕਾਲੇ ਨੇ ਹੁਣ ਦੇਖਦੇ ਹਾਂ ਕਿ ਉਹ ਕਦ ਤੱਕ ਆਉਣਗੇ ਤਾਂ ਉਸ ਜਦ ਤੱਕ ਆਪਾਂ ਵੀਡੀਓ ਨੂੰ ਪੋਸਟ ਕਰ ਲੈਂਦੇ ਹਾਂ ਸਾਡੀ ਚਾਏ ਵੀ ਰੈਡੀ ਹੋ ਗਈ ਹੈ ਅਤੇ ਅੰਦਰ ਸਾਡੇ ਸਮੋਸੇ ਪਏ ਨੇ ਤਾਂ ਉਹ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਤਾਂ ਇਹ ਸਾਡੇ ਇੱਧਰ ਸਮੋਸੇ ਪਏ ਨੇ ਅਤੇ ਇੱਧਰ ਫਿਲਮ ਚੱਲ ਰਹੀ ਹੈ ਤਾਂ ਉੱਧਰ ਮੇਰਾ ਭਰਾ ਦੇਖੋ ਛੋਟਾ ਇੱਧਰ ਸੋਸ ਲੈ ਕੇ ਜਾ ਰਿਹਾ ਹੈ ਬਾਹਰ ਗੇਟ ਖੁੱਲ੍ਹਾ ਰਹਿ ਗਿਆ ਤਾਂ ਗੇਟ ਬੰਦ ਕਰਨ ਜਾਣਾ ਪਊਗਾ ਹੁਣ ਮੈਨੂੰ ਬਾਹਰ ਇੱਧਰ ਪਲਾਟ ਵਿੱਚ ਪਹੁੰਚ ਚੁੱਕੇ ਹਾਂ ਅਤੇ ਤਾਂ ਦੇਖਦੇ ਹਾਂ ਕੀ ਕਰ ਦਿੱਤਾ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਸਾਰਾ ਹੀ ਕੁਛ ਸਾਰੀ ਦੀਵਾਰਾਂ ਕਰ ਦਿੱਤੀਆਂ ਅਤੇ ਇਹ ਕਹਿੰਦੇ ਸੀ ਮੁੰਡਾ ਦਾ ਕੱਲ੍ਹ ਔਰ ਪਰਸੋਂ ਤੁਸੀਂ ਨੇ ਆਉਣਾ ਨਹੀਂ ਹੈਗਾ ਆਏਂਗੇ ਪਰਸੋਂ ਨਹੀਂ ਆਏਂਗੇ ਕੱਲ੍ਹ ਆਏਂਗੇ ਕੱਲ੍ਹ ਆਏਂਗੇ ਤਾਂ ਇਹਨਾਂ ਨੇ ਕਿਹਾ ਕਿ ਕੱਲ੍ਹ ਆਉਂਗੇ ਪਰਸੋਂ ਨਹੀਂ ਆਉਂਗੇ
ਤੇ ਚੌਥੋ ਤੋਂ ਪਰਸੋਂ ਚੌਥੋਂ ਤੋਂ ਮੀਂਹ ਪੈਣ ਲੱਗ ਜੂ, ਉਹ ਮਤਲਬ ਕੀ ਕਹਿੰਦੇ ਉਹਨਾਂ ਨੂੰ ਸ਼ਟਰਿੰਗ ਹੋਣ ਲੱਗ ਜੂਗੀ, ਤਾਂ ਦੇਖਦੇ ਹਾਂ ਕਿ ਅੰਦਰ ਇਹਨਾਂ ਨੇ ਕਿਹੜੀ ਕਿਹੜੀ ਗੰਦਾ ਕਰ ਦਿੱਤੀਆਂ, ਮਤਲਬ ਕਿਹੜੀ ਕਿਹੜੀ ਰਹਿੰਦੀਆਂ ਹੈ। ਤਾਂ ਚਲੋ ਦੇਖਦੇ ਹਾਂ। ਤਾਂ ਜਿਹੜਾ ਡਰਾਇੰਗ ਰੂਮ ਹੈ, ਇਹਨਾਂ ਨੇ ਡਰਾਇੰਗ ਰੂਮ ਤਾਂ ਸਾਰਾ ਹੀ ਕਰ ਦਿੱਤਾ ਹੈ, ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ। ਡਰਾਇੰਗ ਰੂਮ ਦੀ ਇਹਨਾਂ ਨੇ ਸਾਰੀਆਂ ਕੰਧਾਂ ਹੀ ਕਰ ਦਿੱਤੀਆਂ ਹੈ। ਤਾਂ ਮੈਂ ਤੁਹਾਨੂੰ ਬੈਕ ਕੈਮਰੇ ਤੋਂ ਦਿਖਾਉਂਦਾ ਸਾਰਾ ਕੁਛ, ਤੁਸੀਂ ਦੇਖ ਸਕਦੇ ਜਿੱਕਣਾ ਕਿ ਇਹਨਾਂ ਨੇ ਸਾਰੀਆਂ ਹੀ ਕੰਧਾਂ ਕਰ ਦਿੱਤੀਆਂ। ਅਤੇ ਇੱਧਰ ਬਸ ਵਾਸ਼ਰੂਮ ਅਤੇ ਸਟੋਰ ਰੂਮ ਦੀ ਰਹਿੰਦੀਆਂ ਹੈ ਕੰਧਾਂ, ਹੋਰ ਤਾਂ ਸਾਰੀਆਂ ਹੋ ਗਈਆਂ ਹੈ। ਤਾਂ ਇੱਧਰ ਕਿਚਨ ਦੀ ਵੀ ਸਾਰੀਆਂ ਹੀ ਹੋ ਗਈਆਂ ਹੈ ਲਗਭਗ, ਹਾਂ ਤਾਂ ਜੀ ਕਿਚਨ ਦੀ ਵੀ ਸਾਰੀਆਂ ਹੋ ਗਈਆਂ ਹੈ। ਕਿਚਨ ਦੀ ਵੀ ਹੋ ਗਈਆਂ ਅਤੇ ਇੱਧਰ ਵੀ ਹੋ ਗਈਆਂ ਹੈ। ਲੋਬੀ ਦੇ ਵਿੱਚ ਜਿਹੜੀ ਵੀ ਕੰਧਾਂ ਹੋਣੀਆਂ ਸੀਗੀਆਂ, ਮਤਲਬ ਕਿ ਇਹ ਉੱਪਰ ਵਾਲੀਆਂ ਜਿਸ ਨੂੰ ਸਵੇਰੇ ਪਾਣੀ ਦੇ ਕੇ ਗਏ ਸੀ ਅਸੀਂ। ਫਿਰ ਇੱਧਰ ਬੈਡਰੂਮ ਦੀ ਵੀ ਸਾਰੀਆਂ ਹੀ ਕੰਧਾਂ ਲੱਗ ਹੋ ਗਈਆਂ। ਅਤੇ ਅਟੈਚ ਵਾਸ਼ਰੂਮ ਦੀ ਵੀ ਅੰਦਰ ਤੇ ਸਭ ਕੁਛ ਹੋ ਗਿਆ। ਅਤੇ ਬਾਹਰ ਬਸ ਇਹ ਵਾਲੀ ਲਾਸਟ ਕੰਧ ਹੈ ਅਤੇ ਇੱਧਰ ਵਾਲੀ ਕੰਧ ਹੈ। ਅਤੇ ਉਹਦੇ ਬਾਅਦ ਦੋ ਤਿੰਨ ਦਿਨ ਤੱਕ ਸ਼ਟਰਿੰਗ ਹੋਊਗੀ, ਅਤੇ ਉਹਦੇ ਬਾਅਦ ਲੈਂਟਰ ਪੈਣਾ ਸਟਾਰਟ ਹੋ ਜਾਊਗਾ। ਅਤੇ ਇੱਧਰ ਆਪਣਾ ਕੰਮ ਕਰ ਰਹੇ ਹਾਂ। ਅਤੇ ਇੱਧਰ ਉੱਪਰ ਦੋ ਮਿਸਤਰੀ ਜੀ ਕੰਧ ਉਹ ਬਣਾ ਰਹੇ ਨੇ। ਅਤੇ ਇਹਨਾਂ ਦੀ ਅਸੀਂ ਚਾਹ ਲਿਆਈ ਹੈ, ਅਤੇ ਚਾਹ ਇਹਨਾਂ ਦੀ ਇੱਧਰ ਪਈ ਹੈ। ਅਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਤੁਸੀਂ ਕਦ ਚਾਹ ਪੀਓਗੇ, ਚਾਹ ਕਦ ਪੀਓਗੇ? ਹਾਂ ਚੰਦਨ ਮਿਸਤਰੀ ਬਣਾਏਗਾ? ਨਹੀਂ ਆਪ ਬਣਾਓ। ਵਧੀਆ ਨਹੀਂ, ਆਪ ਕਹਿ ਰਹੇ ਥੇ ਨਾ ਮੁਝੇ, ਮੈਂ ਬਣਾਊਂਗਾ, ਬਣਾਓ ਨਾ, ਨਹੀਂ ਬਣਾਓ ਬਣਾਓ। ਵਧੀਆ ਬੋਰਾ ਥਾ, ਇਸਕੋ ਦੀਜੀਏ, ਉਹ ਲੈ ਜਾਏਗਾ ਅੰਦਰ ਬਣਾਏਗਾ। ਔਰ ਨਹੀਂ ਆਪ ਵੀ ਬਣਾਓ ਨਾ। ਹਮ ਨਹੀਂ ਬਣਾ ਦੀਏ ਵੀਡੀਓ, ਆਪ ਕਿਤਨਾ ਬਣਾਏ। ਚਲੋ ਅੰਦਰ ਦਿਖਾਓ ਕਿਆ ਕਿਆ ਹੈ। ਚਲੋ ਹਾਂ ਚਲੋ ਅੰਦਰ। ਇਹ ਜੋ ਜੋ ਵੀਡੀਓ ਹਮ ਇਟਾ ਦੇ ਤਨੀ ਉਹ ਵੀ ਮੈਨੂੰ ਅੰਦਰ ਲੈ ਕੇ ਜਾ। ਮੈਨੂੰ ਨਹੀਂ ਪਤਾ ਨਾ ਕਿ ਕਿਆ ਕਿਆ ਅੰਦਰ, ਆਪ ਬਤਾਓ ਨਾ ਮੈਨੂੰ ਕਿਆ ਕਿਆ ਹੈ। ਹੇ ਜੋ ਬਤਲਾ ਜੋ ਅੰਦਰ ਲੱਗ ਜਾ, ਇਹ ਜਾਏਗਾ, ਇਹ ਜਾਏਗਾ। ਉਹ ਤੀਸਰਾ ਅੰਦਰ ਸਮਝ ਲਿਆ। ਚਲੋ ਤਾਂ ਗਾਈਜ਼ ਆਹ ਸ਼ਰਮਾ ਰਹੇ ਹਾਂ ਵੀਡੀਓ ਬਣਾਉਣ ਲੱਗੇ। ਤਾਂ ਪਹਿਲਾਂ ਤਾਂ ਕਹਿ ਰਹੇ ਤੇ ਮੈਨੂੰ ਕਿ ਮੇਰੀ ਵੀਡੀਓ ਬਣਾਓ, ਤਾਂ ਮੈਂ ਵੀ ਬਣਾਊਂਗਾ ਵੀਡੀਓ। ਤਾਂ ਹੁਣ ਆਹ ਥੋੜ੍ਹਾ ਜਿਹਾ ਸ਼ਰਮਾ ਰਹੇ ਨੇ। ਤਾਂ ਜੇ ਚਾਹ ਪੀ ਲਵਾਂਗੇ ਤਾਂ ਦਿਖਾਉਂਗੇ। ਫਿਰ ਕਹਿੰਦੇ ਤੇ ਮੈਨੂੰ ਕਿ ਸ਼ਾਮ ਨੂੰ ਆ ਜਾਇਓ ਤੁਸੀਂ, ਕਿ ਸ਼ਾਮ ਨੂੰ ਆਪਾਂ ਵੀਡੀਓ ਬਣਾਉਂਗੇ। ਤਾਂ ਹੁਣ ਦੇਖਦੇ ਹਾਂ, ਸ਼ਾਮ ਨੂੰ ਬਣਾਉਂਦੇ ਹਾਂ ਵੀਡੀਓ, ਅਤੇ ਹੁਣ ਬਾਕੀ ਦੇਖਦੇ ਹਾਂ ਕਿਆ ਮਿਲੇਗਾ। ਹਮ ਪੱਤਰਕਾਰ ਆਏ ਹੈ ਵਿਦਿਆ ਸਾਹਿਬ ਸੇ ਜਗਮਾਗ ਰਹੇ ਨਹੀਂ, ਉਹ ਸਹੀ ਸਹੀ ਭਈਆ, ਉਹ ਸਹੀ ਬੰਦਾ ਨਹੀਂ, ਸਹੀ ਕਰ ਇਧਰ ਵੀ। ਹੈਲੋ ਗਾਇਸ, ਸਹੀ ਕਰ ਕਾਲ ਵਾਲੇ ਤੂੰ, ਹਾਂ ਹਾਂ ਐ ਬੁੜੀ ਮਨਵਾਣਾ ਉਸਕਾ ਮਨਵਾਣਾ ਬੋਲੇ
चल चाय पी ले, चालू करो, आराम से बनाएंगे वीडियो, कोई बात नहीं, हम बोलेंगे। एक बात बताऊं, वीडियो चालू है। नहीं नहीं नहीं, अब बंद कर दो। आप भी बनाओ वीडियो। हाँ हाँ, सीधे सीधे आप बंद हो बाहर। ओके ठीक है ठीक है ठीक है, हाँ ठीक है ठीक ठीक है। हमारी चटिया से कहाँ से कहाँ जाए मालूम है, माइक में इंटरव्यू ले रहे हैं, कितना ईट लगता है, कितना मतलब कितने कमाल बनाते हैं। अब पूछो कितना पानी पीगा गए इधर, कितना पैसा पानी पीगा गए। मोबाइल सुधर, बस इतना ही बड़ा होता है, बहुत बड़ा होता है। नहीं नहीं नहीं, गिरेगा हजतिया बरांडी को हो जाना, जदूरी सी घर जाना है के भाई। ओके ओके, भागने लगा देखो तो। नहीं नहीं ओए, तू बता थे, पूछ पूछ चलो चाय पी लो आप। चलो तुझे की कहना चाहोगे, तुझे क्या पी रहे हैं? हाँ हाँ सही है, ये हमारे लगभग खाली आओ। हाँ सही है, उसे पूछो उसे। नहीं मोटू मोटू बोलो, मोटू मोटू ना ना, मोटू नहीं बोलेंगे भाई। भाई हमसे बड़े हैं ये, बड़े हैं हमसे। बोलो भाई कैसे चाय पी रहा है? तो आप कैसे पी रहे हो? बढ़िया लग रहा है, अच्छा लग रहा है चाय। हाँ। और ये विद्या भाई है ना मेरा, इसको थोड़ा नमक फीका लग रहा है। नमक नहीं, इसमें नमक डाला है कि चीनी नमक डाला है कि चीनी डाला है? जा जा जा, मीडिया साहब गलत सवाल पूछ दिए, इसमें मीठा डाला है कि चीनी डाला है? चाय पी ले रहे हो, आपको पता कैसे चलता? हाँ, पत्रकार हो? हाँ पत्रकार। तो आपने इनसे गलत सवाल पूछ लिया। हाँ चलिए सॉरी, माफ कीजिए। तो चलो भाई कोई बात नहीं, हो जाता है। तो तेरी गलत सवाल पूछ हो गया था बिच नू। हाँ चलो हम थोड़े चलो तो हम असं दूसरे मिस्त्री जी पजा रहे हैं, तो उन्होंने कहा था कि मेरी वीडियो ना बनाए हो, इन्हें बनाए हो, तो हम तो देख ली कितने आप जीव नहीं नजर रहा। आओ कैसे है? चलो चाय पियो, आराम से चाय पियो। तो चलो हुण इन्हां दी वीडियो तो हुण चलो बन गई है, तो कहंदे ते हुण हो गया पूरा शौक आपका, हो गया शौक पूरा हो गया? हाँ। तो आ कहंदे मेरा शौक पूरा हो गया वीडियो बनाने दा, तो हुण घर जाना पैना हुण सानू, क्योंकि घर जाके थोड़ा जिहा पढ़ना भी है आपां ने, ਤਾਂ ਕਰਕੇ ਵੀਡੀਓ ਨੂੰ ਆਪਾਂ ਫਿਰ ਤੇ ਬੰਦ ਕਰਦੇ ਹਾਂ, ਵਾਪਸ ਸਟਾਰਟ ਕਰਾਂਗੇ ਪੜ੍ਹਨੇ ਤੋਂ ਬਾਅਦ। ਤੁਸੀਂ ਦੇਖ ਸਕਦੇ ਹਾਂ ਕਿ ਹਨੇਰਾ ਹੋ ਗਿਆ ਅਤੇ 8-9 ਵੱਜ ਗਿਆ ਅਤੇ ਸੌਣ ਦਾ ਵੇਲਾ ਆ ਗਿਆ, ਅਤੇ ਹਜੇ ਵੀ ਸਾਡਾ ਟੀ ਵੀ ਚੱਲ ਰਿਹਾ ਹੈ, ਤਾਂ ਪਰ ਮੈਨੂੰ ਆਏ ਕਿ ਨਹੀਂ ਤਾਂ ਮੈਂ ਸੋਹਣੇ ਲੱਗਿਆ, ਤਾਂ ਸੋਰੀ ਪਰ ਮੈਂ ਖੇਡਣ ਦੀ ਵੀਡੀਓ ਨਹੀਂ ਬਣਾ ਪਾਇਆ ਕਿਉਂਕਿ ਮੇਰਾ ਫੋਨ ਜੋ ਤਾਂ ਹੋ ਗਿਆ ਤਾਂ ਡੈੱਡ, ਤਾਂ ਇਸ ਕਾਰਨ ਮੈਂ ਵੀਡੀਓ ਨਹੀਂ ਬਣਾ ਪਾਇਆ। ਤਾਂ ਅੱਜ ਦਾ ਵਲੌਗ ਸਾਡਾ ਇੱਥੇ ਹੀ ਸਮਾਪਤ ਹੁੰਦਾ ਹੈ, ਤਾਂ ਬਾਏ ਦੋਸਤੋ।